पहला आम आदमी पार्टी के ही बंदे ने, ये जिहड़े अपने समाज सेवी कह रहे हैं भी असं समाज सेवी हैं, ये आम आदमी पार्टी के बंदे ने जदों सरकार बनने तो पहला उदों इन्हां दी पूरी जिहड़े इत्थे दे कैंडीडेट रहे ने उन्हां दी पूरी हमायत की है। तुसीं जदों सवेर दे खड़े ने वो चार बंदी ने, चौथे तो पंजवां बंदा नहीं उन्हां तो इकट्ठा होया हैगा। ये कादे नारेबाजी ने, इन्हां ने एक अपनी संस्था जी बना रखी है, वो संस्था के जरिए लोगों को लुट्टी जाते हैं, तो उही बिना मतलब तो इत्थे जाके तख्तियां खड़े ने, कोई गल नहीं कोई बात नहीं है। ਬਜਿੰਦਰ ਸਿੰਗਲਾ ਤੇ ਵੀ ਦੋਸ਼ ਲੱਗ ਰਹੇ ਨੇ, ਕਿਵੇਂ ਦੇਖਦੇ? ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ 92 MLA ਜਿੱਤੇ ਸੀਗੇ, ਲੋਕਾਂ ਨੂੰ ਬੜਾ ਵੱਡਾ ਲੋਕਾਂ ਨੇ ਫਤਵਾ ਦਿੱਤਾ ਸੀਗਾ, ਲੋਕਾਂ ਨੂੰ ਇਹ ਸੀਗਾ ਵੀ ਬਦਲਾਅ ਆਊਗਾ। ਇੱਕ ਸਾਲ ਆਪਾਂ ਨੇ ਦੇਖ ਲਿਆ ਸਰਕਾਰ ਬਣੀ ਨੂੰ, ਇੱਕ ਸਾਲ ਦੇ ਵਿੱਚ ਸਰਕਾਰ ਤੋਂ ਕੁਝ ਹੋਇਆ ਨਹੀਂ ਹੈਗਾ। ਹੁਣ ਉਹਨਾਂ ਨੂੰ ਸਿਰਫ ਇਹ ਹੈ ਵੀ ਸਾਡੇ ਤੋਂ ਕੁਝ ਹੋਣਾ ਤਾਂ ਹੈ ਨਹੀਂ ਗਾ, ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਵੀ ਅਸੀਂ ਬਦਲਾਅ ਲੈ ਕੇ ਆਉਣਾ ਸੀ, ਕੋਈ ਬਦਲਾਅ ਆਇਆ ਨਹੀਂ। ਉਹ ਸਿਰਫ ਇਹੀ ਚੀਜ਼ਾਂ ਨੇ ਵੀ ਜਿਹੜੇ ਟਾਈਮ ਟਪਾਉਣ ਟਾਈਮ ਟਪਾ ਰਹੇ ਨੇ ਉਹ ਵੀ ਅਸੀਂ ਟਾਈਮ ਟਪਾਈਏ ਅਤੇ ਜਿਹੜੇ ਅਸੀਂ ਦਿਖਾ ਦਈਏ ਜੀ ਅਸੀਂ ਫਲਾਣਾ ਟੰਗ ਤਾਂ ਫਲਾਣਾ ਟੰਗ ਤਾਂ ਨਿਕਲਣਾ ਕੁਛ ਨਹੀਂ। ਸਭ ਨੂੰ ਪਤਾ ਕਿ ਵਿਜੇਇੰਦਰ ਸਿੰਗਲਾ ਜੀ ਨੇ ਸੰਗਰੂਰ ਦੀ ਨਹਾਰ ਬਦਲੀ ਹੈ। ਜਿੱਦਾਂ ਮੰਤਰੀ ਸਾਹਿਬ ਦਾ ਦੇਣ ਨਹੀਂ ਦੇ ਸਕਦੇ, ਇੰਨਾ ਗੰਦਾ ਸ਼ਹਿਰ ਸੀ, ਨਾਲਾ ਦੇਖ ਲਓ ਤੁਸੀਂ ਆਪਣੇ ਰਣਵੀਰ ਕਾਲਜ ਦੇ ਨਾਲ, ਇੰਨੀਆਂ ਸੜਕਾਂ ਗੰਦੀਆਂ, ਮੇਰੀ ਖੁਦ ਦੀ ਕਲੋਨੀ ਅੱਜ ਹਾਈ ਫਾਈ ਕਲੋਨੀ ਹੈ, ਕਿਉਂ ਨਹੀਂ ਗੁਣ ਪਾਉਂਦੇ ਚੰਗੇ ਬੰਦੇ ਦਾ? ਬੜੇ ਲੱਖ ਲਾਣ ਤਾਂ ਇਹਨਾਂ ਨੂੰ, ਸਾਲ ਹੋ ਗਿਆ ਬਾਹਰ ਫਿਰਦੇ ਨੂੰ, ਬਾਂਦਰ ਵਾਂਗੂ ਟਬੂਸੀਆਂ ਮਾਰਦੇ, ਪੰਜਾਬ 'ਚ ਬੁਰਾ ਹਾਲ ਹੋ ਪਿਆ, ਪੰਜਾਬ ਦਾ ਤਾਂ ਕੋਈ ਹਾਲ ਨਹੀਂ ਦੇਖ ਰਹੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ, ਮੈਂ ਇਕਬਾਲ ਸਿੰਘ ਫੱਗੂਵਾਲਾ। ਅਸੀਂ ਖੜ੍ਹੇ ਹਾਂ ਵਿਜੀਲੈਂਸ ਬਿਊਰੋ ਦੇ ਦਫ਼ਤਰ ਦੇ ਸਾਹਮਣੇ। ਵਿਜੇਇੰਦਰ ਸਿੰਗਲਾ ਜੀ ਨੂੰ ਅੰਦਰ ਬੁਲਾਇਆ ਹੋਇਆ ਦਫ਼ਤਰ ਦੇ ਵਿੱਚ, ਜਿੱਥੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਉਹਨਾਂ 'ਤੇ ਰਜਿਸਟਰ ਕੀਤਾ ਗਿਆ। ਉਹਨਾਂ ਨੂੰ ਸੰਮਣ ਭੇਜ ਕੇ ਪਹਿਲਾਂ 27 ਤਰੀਕ ਨੂੰ ਬੁਲਾਇਆ ਗਿਆ ਸੀ, ਪਰ ਉਹ ਕਿਸੇ ਕਾਰਨ ਕਰਕੇ ਨਹੀਂ ਆ ਸਕੇ। ਅੱਜ ਪਹੁੰਚੇ ਨੇ, ਅੱਜ ਉਰੇ ਕਾਂਗਰਸ ਦੇ ਵੀ ਲੋਕ ਮੌਜੂਦ ਨੇ, ਪੁੱਛ ਲੈਂਦੇ ਹਾਂ। ਹਾਂਜੀ ਬਾਈ ਜੀ, ਕੀ ਹਾਲ ਆ, ਕੀ ਨਾਮ? ਮੇਰਾ ਨਾਮ ਹਰਪਾਲ ਸਿੰਘ ਸੋਨੂ ਹੈ ਜੀ। ਅਤੇ ਮੈਨੂੰ ਜੀ, ਇੱਕ ਪਾਸੇ ਮੁਰਦਾਬਾਦ ਦੇ ਨਾਰੇ ਵੱਜ ਰਹੇ ਨੇ, ਦੂਜੇ ਪਾਸੇ ਤੁਸੀਂ ਇਕੱਠੇ ਹੋਏ ਹੋ, ਕੋਈ ਟਕਰਾਓ ਦੀ ਸਥਿਤੀ? ਦੇਖੋ, ਕੋਈ ਟਕਰਾਓ ਦੀ ਜਿਹੜੀ ਹੈ ਕੋਈ ਸਥਿਤੀ ਨਹੀਂ ਹੈ। ਅਸੀਂ ਪ੍ਰਸ਼ਾਸਨ ਆਪਣਾ ਕੰਮ ਕਰ ਰਹੇ ਹਾਂ, ਅਸੀਂ ਆਪਣੇ ਕੰਮ 'ਤੇ ਅਸੀਂ ਖੜ੍ਹੇ ਹਾਂ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਹ ਨਾਰੇਬਾਜ਼ੀ ਵਾਲੇ ਕਰਨ ਵਾਸਤੇ ਖੜ੍ਹੇ ਨੇ, ਇਹ ਬੰਦੇ ਸਵੇਰ ਦੇ ਖੜ੍ਹੇ ਨੇ, ਇਹ ਪਹਿਲਾਂ ਆਮ ਆਦਮੀ ਪਾਰਟੀ ਦੇ ਹੀ ਬੰਦੇ ਨੇ, ਇਹ ਜਿਹੜੇ ਆਪਣੇ ਨੂੰ ਸਮਾਜ ਸੇਵੀ ਕਹਿ ਰਹੇ ਨੇ ਵੀ ਅਸੀਂ ਸਮਾਜ ਸੇਵੀ ਹੈ, ਇਹ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਉਦੋਂ ਇਹਨਾਂ ਦੀ ਪੂਰੀ ਜਿਹੜੇ ਇੱਥੇ ਦੇ ਕੈਂਡੀਡੇਟ ਰਹੇ ਨੇ ਉਹਨਾਂ ਦੀ ਪੂਰੀ ਹਮਾਇਤ ਕੀਤੀ ਹੈ। ਤੁਸੀਂ ਜਦੋਂ ਸਵੇਰ ਦੇ ਖੜ੍ਹੇ ਨੇ, ਉਹ ਚਾਰ ਬੰਦੀ ਨੇ, ਚੌਥੇ ਤੋਂ ਪੰਜਵਾਂ ਬੰਦਾ ਨਹੀਂ ਉਹਨਾਂ ਤੋਂ ਇਕੱਠਾ ਹੋਇਆ ਹੈਗਾ। ਇਹ ਕਾਹਦੇ ਨਾਰੇਬਾਜ਼ੀ ਨੇ? ਇਹਨਾਂ ਨੇ ਇੱਕ ਆਪਣੀ ਸੰਸਥਾ ਜੀ ਬਣਾ ਰੱਖੀ ਹੈ, ਉਹ ਸੰਸਥਾ ਦੇ ਜ਼ਰੀਏ ਲੋਕਾਂ ਨੂੰ ਲੁੱਟੀ ਜਾਂਦੇ ਨੇ, ਅਤੇ ਉਹੀ ਬਿਨਾਂ ਮਤਲਬ ਤਾਂ ਇੱਥੇ ਜਾ ਕੇ ਤਖਤੀਆਂ ਖੜ੍ਹੇ ਨੇ, ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਗੀ। ਬਜਿੰਦਰ ਸਿੰਗਲਾ 'ਤੇ ਵੀ ਦੋਸ਼ ਲੱਗ ਰਹੇ ਨੇ, ਕਿਵੇਂ ਦੇਖਦੇ? ਦੇਖੋ ਜੀ, ਇਹ ਵਿਜੇਇੰਦਰ ਸਿੰਗਲਾ ਜੀ ਦੀ ਸ਼ਖਸੀਅਤ ਨੂੰ ਸਾਰੇ ਲੋਕ ਜਾਣਦੇ ਨੇ, ਇਹ ਸਿਰਫ ਪੋਲੀਟੀਕਲ ਜਿਹੜੀ ਗੱਲ ਹੈ ਉਹ ਪੋਲੀਟੀਕਲ ਇਹਨਾਂ 'ਤੇ ਜਿਹੜਾ ਉਹ ਸੋਚਿਆ ਕਰਿਆ ਜਾ ਰਿਹਾ, ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ 92 MLA ਜਿੱਤੇ ਸੀਗੇ, ਲੋਕਾਂ ਨੂੰ ਬੜਾ ਵੱਡਾ ਲੋਕਾਂ ਨੇ ਫਤਵਾ ਦਿੱਤਾ ਸੀਗਾ, ਲੋਕਾਂ ਨੂੰ ਇਹ ਸੀਗਾ ਵੀ ਬਦਲਾਅ ਆਊਗਾ। ਇੱਕ ਸਾਲ ਆਪਾਂ ਨੇ ਦੇਖ ਲਿਆ ਸਰਕਾਰ ਬਣੀ ਨੂੰ, ਇੱਕ ਸਾਲ ਦੇ ਵਿੱਚ ਸਰਕਾਰ ਤੋਂ ਕੁਝ ਹੋਇਆ ਨਹੀਂ ਹੈਗਾ। ਹੁਣ ਉਹਨਾਂ ਨੂੰ ਸਿਰਫ ਇਹ ਹੈ ਵੀ ਸਾਡੇ ਤੋਂ ਕੁਝ ਹੋਣਾ ਤਾਂ ਹੈ ਨਹੀਂ ਗਾ, ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਵੀ ਅਸੀਂ ਬਦਲਾਅ ਲੈ ਕੇ ਆਉਣਾ ਸੀ, ਕੋਈ ਬਦਲਾਅ ਆਇਆ ਨਹੀਂ। ਉਹ ਸਿਰਫ ਇਹੀ ਚੀਜ਼ਾਂ ਨੇ ਵੀ ਜਿਹੜੇ ਟਾਈਮ ਟਪਾਉਣ ਵਾਸਤੇ, ਟਾਈਮ ਟਪਾ ਰਹੇ ਨੇ ਉਹ ਵੀ ਅਸੀਂ ਟਾਈਮ ਟਪਾਈਏ ਅਤੇ ਜਿਹੜੇ ਅਸੀਂ ਦਿਖਾ ਦਈਏ ਜੀ ਅਸੀਂ ਫਲਾਣਾ ਟੰਗ ਤਾਂ ਫਲਾਣਾ ਟੰਗ ਤਾਂ, ਨਿਕਲਣਾ ਕੁਛ ਨਹੀਂ। ਸਭ ਨੂੰ ਪਤਾ ਕਿ ਵਿਜੇਇੰਦਰ ਸਿੰਗਲਾ ਜੀ ਨੇ ਸੰਗਰੂਰ ਦੀ ਨਹਾਰ ਬਦਲੀ ਹੈ, ਉਹਨਾਂ ਨੇ ਰਿਕਾਰਡ ਤੋੜ ਕੰਮ ਕੀਤੇ ਨੇ, ਅਤੇ ਸੰਗਰੂਰ ਦੇ ਵਿੱਚ ਅੱਜ ਲੋਕ ਜਿਹੜੇ ਨੇ ਉਹਨਾਂ ਨੂੰ ਹੈਰਾਨ ਤੋਂ ਬਾਅਦ ਇਹ ਵੀ ਸੋਚ ਰਹੇ ਨੇ ਵੀ ਯਾਰ ਸਾਨੇ ਬਹੁਤ ਵੱਡੀ ਗਲਤੀ ਕੀਤੀ ਹੈ। ਅੱਜ ਵਿਜੇਇੰਦਰ ਸਿੰਗਲਾ ਦੇ ਲੋਕ ਜਿਹੜੇ ਸੰਗਰੂਰ ਦੇ ਉਹ ਨਾਲ ਨੇ। ਸਾਡੇ ਨਾਲ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਨੇ ਮੌਜੂਦ ਨੇ। ਪ੍ਰਧਾਨ ਜੀ, ਕਿਵੇਂ ਦੇਖਦੇ ਹੋ, ਕਿਵੇਂ ਦੇਖਦੇ ਹੋ ਵਿਜੇਇੰਦਰ ਸਿੰਗਲਾ ਜੀ ਨੂੰ ਵਜੋਂ ਬੁਲਾਇਆ ਗਿਆ ਅੰਦਰ ਵਿਜੀਲੈਂਸ ਬਿਊਰੋ ਨੇ, ਕਿਵੇਂ ਦੇਖਦੇ ਹੋ? ਵਿਜੇਇੰਦਰ ਸਿੰਗਲਾ ਜੀ ਆਪਦੀ ਜਿਹੜੀ ਵਿਜੇਇੰਦਰ ਸਿੰਗਲਾ ਦੀ ਛਵੀ ਆ ਸਾਰੀ ਦੁਨੀਆ ਨੂੰ ਪਤਾ ਵੀ ਉਹ ਕਹੀ ਜੀ ਆ, ਔਰ ਇਹਨੇ ਵਿਕਾਸ ਕੀਤੇ ਨੇ। ਅੱਜ ਪੰਜਾਬ ਦੇ ਵਿੱਚ ਜਿਹੜਾ ਸੰਗਰੂਰ ਆ, 1 ਨੰਬਰ ਦਾ ਹਲਕਾ ਜਿਹਦੇ 'ਚ ਵਿਜੇਇੰਦਰ ਸਿੰਗਲਾ 2009 ਤੋਂ ਵਿਕਾਸ ਕਰਦਾ ਆ ਰਿਹਾ, ਵੱਡੇ ਵਿਕਾਸ ਕੀਤੇ ਨੇ, ਇਹ ਨਹੀਂ ਵੀ ਕੋਈ ਛੋਟੇ ਮੋਟੀਆਂ ਗੱਲਾਂ। ਵਿਰੋਧ ਫਿਰ ਕਿਉਂ ਲੋਕ ਹੱਥਾਂ ਦੇ ਤੱਕ? ਜਿਹੜੇ ਚਾਰ ਬੰਦੇ ਵਿਰੋਧੀ ਨੇ ਉਹ ਤਾਂ ਵਿਰੋਧ ਸਾਨੂੰ ਪਤਾ ਵੀ ਹੋਣਾ ਹੀ ਹੋਣਾ, ਉਹਦੇ 'ਚ ਕੋਈ ਦੋ ਰਾਇਆ ਨਹੀਂ, ਕਿਉਂਕਿ ਉਹਨਾਂ ਦਾ ਆਪਦਾ ਕੰਮ ਆ। ਉਹ ਆਮ ਆਦਮੀ ਪਾਰਟੀ ਦੀ ਬੀ ਟੀਮ ਆ, ਚੋਣਾਂ ਦੇ ਵਿੱਚ ਵੀ ਉਹਨਾਂ ਨੇ ਆਮ ਆਦਮੀ ਦੀ ਕੈਂਡੀਡੇਟ ਦੀ ਮਦਦ ਕੀਤੀ ਆ, ਸਾਨੂੰ ਇਕੱਲੀ ਇਕੱਲੀ ਗੱਲ ਦਾ ਪਤਾ, ਅਸੀਂ ਵੀ ਚੋਣਾਂ ਲੜਦੇ ਰਹੇ ਹਾਂ, ਚੋਣਾਂ ਅਸੀਂ ਸਿੰਗਲੇ ਦੇ ਸਮਰਥਕ ਅਤੇ ਉਹ ਆਮ ਆਦਮੀ ਦੇ ਸਮਰਥਕ ਅਤੇ ਅੱਜ ਉਹ ਆਮ ਆਦਮੀ ਦੇ ਤੌਰ 'ਤੇ ਉਹ ਕੋਈ ਸਮਾਜ ਸੇਵੀ ਨਹੀਂ। ਜੇ ਆਪਾਂ ਕਹੀਏ ਵੀ ਉਹ ਸਮਾਜ ਸੇਵੀ ਬਣ ਕੇ, ਸਮਾਜ ਸੇਵੀ ਤਾਂ ਬਹੁਤ ਵਧੀਆ ਲੋਕ ਇੱਥੇ ਬੈਠੇ ਨੇ, ਆਪਾਂ ਉਹਨਾਂ ਨੂੰ ਸਾਰੇ ਜਾਣਦੇ ਹਾਂ ਵੀ ਕੌਣ ਸਮਾਜ ਸੇਵੀ ਆ, ਕੌਣ ਸਮਾਜ ਦੀ ਸੇਵਾ ਕਰਨ ਵਾਲਾ, ਕੌਣ ਦੂਜਾ, ਇਹ ਗੱਲਾਂ ਨੇ। ਸਾਡੇ ਨਾਲ ਹੋਰ ਵੀ ਸੀਨੀਅਰ ਕਾਂਗਰਸੀ ਆਗੂ ਨੇ। ਹਾਂਜੀ ਸਰਪੰਚ ਸਾਹਿਬ, ਕਿਵੇਂ ਦੇਖਦੇ ਹੋ ਅੱਜ ਵਿਜੇਇੰਦਰ ਸਿੰਗਲਾ ਜੀ ਨੂੰ 11 ਵਜੇ ਦੇ ਅੰਦਰ ਨੇ, ਹਜੇ ਤੱਕ ਬਾਹਰ ਨਹੀਂ ਆਏ?
जदों किसी दे कोई दोष ला दिंदा है उन्हूं साबित होण नूं टाइम लगदा है। सिंगला साहब साफ सुथरे अक्ष दे बंदे ने ते इस करके जे बुलाया उन्हां दा हक बणदा तां आउणा। बाकी जिहड़ा कम है बिजली इंसाफ दा कर रही है आपे पता लग जूगा आपां नूं भी दोषी कौण है। तो की लगता सरपंच साहब विजिलेंस जिन्हें बुलाउंदी आ उन्हां नूं कितें ना कितें अलझा लैंदे ने, कितें अलझा तां नहीं लैणगे? कोई अलझन वाले नहीं, बहुत पढ़े लिखे ने, समझदार ने, सूझबूझ तो कम लै रहे ने। अगर अलझा लेंदे ने सिंगला साहब नूं तां तुहाडा कांग्रेसी वर्कर दा की नहीं उलझदे जी? ओह साडे किवें दावा किवें कर सकदे? दावा जी उह जदों पहले ही साफ सुथरे ने, एप्लीकेशन किसी के देण नाल कोई दोषी नहीं हो जाता। असीं रोज़ थाणियां च फिरदे आं, अगला अर्जी दे दिंदा, दो पैसे की अर्जी दे के उहनूं थाणे बुला लैंदे ने, बुलाउण तों बाद दोषी थोड़ी हुंदा, दोषी होण नूं पता लगदा जी। होर भी उरे मौजूद ने क्योंकि लेडीज़ आए हुए ने, बीबी किवें देखदे हो अज सवेर तो तुसीं खड़े हो सिंगला साहब दे हक? ਵੀਰ ਜੀ ਖੜਨਾ ਸੀ, ਸਾਡਾ ਹੱਕ ਬਣਦਾ ਖੜਨ ਦੇ, ਅਸੀਂ ਤਾਂ ਮੰਤਰੀ ਸਾਹਿਬ ਦਾ ਦੇਣ ਨਹੀਂ ਦੇ ਸਕਦੇ। ਇੰਨਾ ਗੰਦਾ ਸ਼ਹਿਰ ਸੀ, ਨਾਲਾ ਦੇਖ ਲਓ ਤੁਸੀਂ ਆਪਣੇ ਰਣਵੀਰ ਕਾਲਜ ਦੇ ਨਾਲ, ਇੰਨੀਆਂ ਸੜਕਾਂ ਗੰਦੀਆਂ। ਮੇਰੀ ਖੁਦ ਦੀ ਕਲੋਨੀ ਅੱਜ ਹਾਈ ਫਾਈ ਕਲੋਨੀ ਹੈ, ਕਿਉਂ ਨਹੀਂ ਗੁਣ ਪਾਉਂਦੇ ਚੰਗੇ ਬੰਦੇ ਦਾ? ਬੜੇ ਲੱਖ ਲਾਉਣ ਤਾਂ ਇਹਨਾਂ ਨੂੰ ਸਾਲ ਹੋ ਗਿਆ, ਬਾਹਰ ਫਿਰਦੇ ਨੂੰ ਬਾਂਦਰ ਵਾਂਗੂ ਟਬੂਸੀਆਂ ਮਾਰਦੇ। ਪੰਜਾਬ 'ਚ ਬੁਰਾ ਹਾਲ ਹੋ ਪਿਆ, ਪੰਜਾਬ ਦਾ ਤਾਂ ਕੋਈ ਹਾਲ ਨਹੀਂ ਦੇਖ ਰਹੇ। ਇਹਨਾਂ ਨੂੰ ਹੋਰ ਕੋਈ ਕੰਮ ਨਹੀਂ, ਉੱਧਰੋਂ ਪਾਂਡੇ ਝਾਕ ਕੇ ਕਹਿੰਦੇ ਉੱਧਰ ਤੇਰੇ ਵਿਹਲਾ ਬਾਣੀਆਂ ਕੀ ਕਰੇ। ਲੋਕਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਵਿਜੇਂਦਰ ਸਿੰਗਲਾ 'ਤੇ ਬਣਿਆ ਹੋਇਆ, ਪਰ ਕੁਛ ਲੋਕ ਵਿਰੋਧ ਵੀ ਕਰ ਰਹੇ ਨੇ। ਸਮਾਂ ਆਉਣ ਵਾਲਾ ਦੱਸੂਗਾ ਬਣਦਾ ਕੀ ਆ। ਕੈਮਰਾਮੈਨ ਹਸਨ ਦੇ ਨਾਲ ਇਕਬਾਲ ਸਿੰਘ ਫੱਗੂਆਲਾ, D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ, ਧਰੋਹਰ, ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਰ। D5 ਚੈਨਲ ਪੰਜਾਬੀ, ਆਪਣੀ ਧਰਤੀ, ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।